ਸੰਨ 1704 ਈਸਵੀ, ਸ਼੍ਰੀ ਅਨੰਦਪੁਰ ਸਾਹਿਬ। ਚਾਰੇ ਪਾਸੇ ਮੁਗਲ ਸਲਤਨਤ ਅਤੇ ਪਹਾੜੀ ਰਾਜਿਆਂ ਦੀਆਂ ਬੇਸ਼ੁਮਾਰ ਫੌਜਾਂ ਦਾ ਕਈ ਦਿਨਾਂ ਤੋਂ ਪਾਇਆ ਹੋਇਆ ਘੇਰਾ। ਕਿਲ੍ਹੇ ਵਿੱਚ ਦਸਮ ਪਾਤਸ਼ਾਹ ਅਤੇ ਉਹਨਾਂ ਦਾ ਨਾਦੀ ਅਤੇ ਬਿੰਦੀ ਪਰਿਵਾਰ, ਗਿਣਤੀ ਦੇ ਸਿੰਘ ਸਿਪਾਹੀ ਸਭ ਭੁੱਖੇ ਅਤੇ ਪਿਆਸੇ ਜੂਝ ਰਹੇ ਸਿਦਕਵਾਨ ਯੋਧੇ। ਪਰ ਇੱਕ ਰਾਤ ਐਸੀ ਆਈ ਕਿ ਉਹਨਾਂ ਵਿੱਚੋਂ ਕੁਝ ਸਿੰਘ ਆਪਣੇ ਸਿਦਕ ਤੋਂ ਥਿੜਕ ਗਏ, ਦਸਮ ਪਾਤਸ਼ਾਹ ਦੇ ਪਿਆਰ ਤੋਂ ਬੇਮੁੱਖ ਹੋ ਗਏ, ਵਿਛੜਨ ਦਾ ਫੈਸਲਾ ਕਰ ਲਿਆ। ਨਾ ਅਸੀਂ ਹੁਣ ਸਿੱਖ ਹਾਂ ਤੇਰੇ, ਨਾ ਹੀ ਤੂੰ ਸਾਡਾ ਗੁਰੂ, ਜਾਈਏ ਹੁਣ ਆਪਣੇ ਘਰਾਂ ਨੂੰ, ਕਰਦੇ ਸਾਨੂੰ ਸੁਰਖਰੂ। ਖਾਣ ਲੱਗੀ ਭੁੱਖ ਕਲੇਜੇ, ਪੀਣ ਲੱਗੀ ਰਤ ਨੂੰ ਪਿਆਸ, ਮਰ ਗਈ ਜਦ ਸੀਨਿਆਂ ਚੋਂ ਸੱਚ ਦੇ ਜਿੱਤਣ ਦੀ ਆਸ। ਸੀਨਿਆਂ ਵਿੱਚ ਭਰ ਗਿਆ ਜਦ ਹੌਸਲੇ ਦੀ ਥਾਂ ਤੇ ਤਰਾਸ, ਕੰਬਦੇ ਉਹ ਲਿਖ ਕੇ ਅੱਖਰ ਆ ਗਏ ਸਤਿਗੁਰ ਦੇ ਪਾਸ। ਕਹਿਣ ਲੱਗੇ ਇੰਜ ਆ ਕੇ ਸਤਿਗੁਰਾਂ ਦੇ ਰੂਬਰੂ, ਨਾ ਅਸੀਂ ਹੁਣ ਸਿੱਖ ਹਾਂ ਤੇਰੇ, ਨਾ ਹੀ ਤੂੰ ਸਾਡਾ ਗੁਰੂ, ਜਾਈਏ ਹੁਣ ਆਪਣੇ ਘਰਾਂ ਨੂੰ, ਜਾਈਏ ਹੁਣ ਆਪਣੇ ਘਰਾਂ ਨੂੰ, ਕਰਦੇ ਸਾਨੂੰ ਸੁਰਖਰੂ। ਮੁਸਕੁਰਾਏ ਸਤਿਗੁਰੂ ਤੇ ਕਹਿਣ ਲੱਗੇ, ਠੀਕ ਹੈ ਠੀਕ ਹੈ ਜੇ ਆਪਣਾ ਰਿਸ਼ਤਾ ਸਿਰਫ ਇਥੋਂ ਤੀਕ ਹੈ, ਠੀਕ ਹੈ ਜੇ ਸੁਰਖਰੂਯਤ ਇਸ ਰਾਹ ਨਜ਼ਦੀਕ ਹੈ,
ਜਾਓ ਪੁੱਤਰੋ ਪਰ ਮੇਰੇ ਪਿਆਰਾਂ 'ਚ ਵੀ ਤੌਫੀਕ ਹੈ। ਦੇਖਣਾ ਹੋਣਾ ਨਾ ਪੈ ਜਾਏ ਫੇਰ ਇੱਕ ਦਿਨ ਰੂਬਰੂ, ਮੁਸਕੁਰਾਏ ਸਤਿਗੁਰੂ, ਮੁਸਕੁਰਾਏ ਸਤਿਗੁਰੂ। ਆਪਣੀ ਅੰਤਰ ਆਤਮਾ ਦੇ ਆਖਣੇ ਨੂੰ ਟਾਲ ਕੇ ਨਾਮ ਬਾਣੀ ਪਿਆਰ ਸੱਚ ਸਭ ਕੁਛ ਦਿਲੋਂ ਹੰਗਾਲ ਕੇ ਛੱਡ ਆਏ ਕੀ ਆਪਣੇ ਕਾਲਜੇ 'ਚੋਂ ਨਿਕਾਲ ਕੇ ਵਾਹੋਦਾਹੀ ਤੁਰ ਪਏ ਜਾਨਾਂ ਹੀ ਬਸ ਸੰਭਾਲ ਕੇ। ਪਹਿਲੀ ਵਾਰੀ ਇਸ ਤਰ੍ਹਾਂ ਦੀ ਯਾਤਰਾ ਹੋਈ ਸ਼ੁਰੂ। ਤੋਰ ਵਿੱਚ ਤੇਜ਼ੀ ਤਾਂ ਸੀ ਪਰ ਦਿਲ ਦੇ ਵਿੱਚ ਉਤਸ਼ਾਹ ਨਾ ਸੀ। ਸੀਨੇ ਵਿੱਚ ਚੱਲਦਾ ਜਿਵੇਂ ਆਰਾ ਜਿਹਾ ਸੀ ਸਾ ਨਾ ਸੀ। ਅੰਗ ਸੰਗ ਇੱਕ ਖੌਫ ਸੀ, ਅੰਗ ਸੰਗ ਇੱਕ ਖੌਫ ਸੀ। ਸਾਈਂ ਉਹ ਬੇਪਰਵਾਹ ਨਾ ਸੀ, ਪੈਰ ਤਾਂ ਆਪਣੇ ਹੀ ਸਨ, ਆਪਣਾ ਉਹ ਪਰ ਰਾਹ ਨਾ ਸੀ। ਇਸ ਤਰ੍ਹਾਂ ਦੇ ਰਾਤ ਦੱਸ ਕਿੰਨਾ ਕੁਚਰ ਰਾਹੀ ਤੁਰੂ, ਕਿੰਨਾ ਕੁਚਰ ਰਾਹੀ ਤੁਰੂ, ਕਿੰਨਾ ਕੁਚਰ ਰਾਹੀ ਤੁਰੂ। ਤੁਰ ਪਏ ਓ ਲਾਡਲੇ ਵਿਛੜ ਕੇ ਨਾ ਦੀ ਬਾਪ ਤੂੰ, ਪੈਰ ਕਿੱਥੇ ਤਰਨ ਬਚ ਕੇ ਤਰਤ ਦੇ ਸੰਤਾਪ ਤੂੰ। ਕਿੱਥੇ ਜਾ ਸਕਦਾ ਹੈ ਕੋਈ ਬਚ ਕੇ ਆਪਣੇ ਆਪ ਤੂੰ, ਦੂਰ ਜਾਵੇ ਕਿੰਜ ਕੋਈ ਪੌਣ ਦੇ ਵਿਰਲਾਪ ਤੂੰ। ਸਾਹ ਤੇ ਪੌਣਾ ਦਾ ਰਿਸ਼ਤਾ ਜੁਗੋ ਜੁਗ ਕਾਇਮ ਰਹੂ, ਜੁਗੋ ਜੁਗ ਕਾਇਮ ਰਹੂ, ਜੁਗੋ ਜੁਗ ਕਾਇਮ ਰਹੂ। ਜਦ ਘਰੀਂ ਆਏ ਘਰਾਂ ਨੇ ਇਉਂ ਉਹਨਾਂ ਨੂੰ ਦੇਖਿਆ, ਸ਼ੀਸ਼ਿਆਂ ਨੇ ਜਿਸ ਤਰ੍ਹਾਂ ਬੇਚਿਹਰਿਆਂ ਨੂੰ ਦੇਖਿਆ।
ਜਿਸ ਤਰ੍ਹਾਂ ਅੱਖਾਂ ਨੇ ਟੁੱਟੇ ਸੁਪਨਿਆਂ ਨੂੰ ਦੇਖਿਆ, ਜਿਉਂ ਕਿਸੇ ਭਾਸ਼ਾ ਨੇ ਝੂਠੇ ਫਿਕਰਿਆਂ ਨੂੰ ਦੇਖਿਆ, ਜਿਸ ਤਰ੍ਹਾਂ ਬੇਗੈਰਤਾਂ ਵੱਲ ਦੇਖਦੀ ਹੈ ਆਬਰੂ। ਮਾਈ ਭਾਗੋ ਕਹਿਣ ਲੱਗੀ, ਖਤਮ ਹੋ ਗਈ ਜੰਗ ਕੀ, ਖਤਮ ਹੋ ਗਈ ਜਾਂ ਸਾਡੀ ਅਣਖ ਗੈਰਤ ਸੰਗ ਕੀ। ਮੁੱਕ ਗਏ ਨੇ ਖੂਨ ਵਿੱਚੋਂ ਸਿਦਕ ਵਾਲੇ ਰੰਗ ਕੀ, ਇਹ ਕਹਾਣੀ ਕੀ ਬਣੀ, ਸਾਕਾ ਏ ਕੀ ਪ੍ਰਸੰਗ ਕੀ। ਕੀ ਕਹਾਂਗੇ ਬੱਚਿਆਂ ਨੂੰ ਜਦ ਕੋਈ ਪੁੱਛਿਆ ਕਰੂ, ਜਦ ਕੋਈ ਪੁੱਛਿਆ ਕਰੂ, ਜਦ ਕੋਈ ਪੁੱਛਿਆ ਕਰੂ। ਸਾਂਝਾ ਦਰ ਛੱਡ ਕੇ ਤੁਸੀਂ ਆਪਣੇ ਦਰਾਂ ਨੂੰ ਆ ਗਏ, ਉਸ ਨਦਰ ਚੋਂ ਡਿੱਗ ਪਏ ਆਪਣੇ ਘਰਾਂ ਨੂੰ ਆ ਗਏ, ਚਾਨਣੋਂ ਵੇ ਛੁਪਣ ਲਈ ਕਿਉਂ ਕੰਧਰਾਂ ਨੂੰ ਆ ਗਏ, ਮੁਲਕ ਉੱਜੜਦਾ ਛੱਡ ਕੇ ਆਪਣੇ ਗਰਾਂ ਨੂੰ ਆ ਗਏ। ਮੁਲਕ ਜਦ ਉੱਜੜ ਗਿਆ ਤਾਂ ਇਹ ਗਰਾਂ ਕਿੱਥੇ ਵਸੂ। ਖੌਫ ਸੰਗ ਮਰਿਆਂ ਲਈ ਇਹ ਬੋਲ ਅੰਮ੍ਰਿਤ ਹੋ ਗਏ, ਖੌਫ ਸੰਗ ਮਰਿਆਂ ਲਈ ਇਹ ਬੋਲ ਅੰਮ੍ਰਿਤ ਹੋ ਗਏ। ਸ਼ਬਦ ਬਾਣਾ ਨਾਲ ਉਹ ਸਭ ਫੇਰ ਜੀਵਤ ਹੋ ਗਏ, ਟੁੱਟ ਗਏ ਇਕਰਾਰ ਸਨ ਉਹ ਫੇਰ ਸਾਬਤ ਹੋ ਗਏ। ਸਤਿਗੁਰੂ ਦੇ ਪਿਆਰ ਨੂੰ ਉਹ ਫੇਰ ਅਰਪਿਤ ਹੋ ਗਏ। ਫਿਰ ਜਗੀ ਜੋਤੀ ਲਾਹੀ, ਫਿਰ ਜਗੀ ਜੋਤੀ ਲਾਹੀ, ਨੂਰ ਦਿਸਿਆ ਚਾਰ ਸੂ, ਨੂਰ ਦਿਸਿਆ ਚਾਰ ਸੂ, ਨੂਰ ਦਿਸਿਆ ਚਾਰ ਸੂ। ਓਨੀ ਪੈਰੀ ਮੁੜ ਗਏ ਆਪਣੇ ਅਸਲੀ ਕਰ ਗਏ, ਜ਼ੁਲਮ ਸੰਗ ਟਕਰਾ ਕੇ ਓ ਹੱਕ ਸੱਚ ਦੀ ਸ਼ਾਦੀ ਪਰ ਗਏ। ਧਰਤ ਮਾਂ ਦੀ ਗੋਦ ਅੰਦਰ ਸੀਸ ਆਪਣੇ ਤਰ ਗਏ, ਪਿਆਰ ਦੇ ਬੱਦਲ ਸੀ ਓ
ਤਪਦੇ ਥਲਾਂ ਤੇ ਵਰ ਗਏ। ਸਿਰਫ ਬਾਕੀ ਰਹਿ ਗਏ ਅੱਖਾਂ ਦੇ ਵਿੱਚ ਕੁਝ ਅੱਥਰੂ, ਅੱਖਾਂ ਦੇ ਵਿੱਚ ਕੁਝ ਅੱਥਰੂ, ਅੱਖਾਂ ਦੇ ਵਿੱਚ ਕੁਝ ਅੱਥਰੂ। ਰਹਿ ਗਏ ਕੁਝ ਅੱਥਰੂ ਆਖਰ ਨੂੰ ਉਹ ਵੀ ਰੋੜ ਨੇ, ਸਾਂਭ ਰੱਖੇ ਨੇ ਕਿ ਬੇਦਾਵੇ ਦੇ ਅੱਖਰ ਖੋਰ ਨੇ, ਸਾਂਭ ਰੱਖੇ ਨੇ ਇਹਨਾਂ ਦੇ ਕੁਝ ਕੁ ਮਕਸਦ ਹੋਰ ਨੇ, ਸਾਂਭ ਰੱਖੇ ਨੇ ਕਿ ਧੋਣੇ ਅੱਖੀਆਂ ਦੇ ਕੋਰ ਨੇ, ਕਰਕੇ ਪਾਵਨ ਅੱਖੀਆਂ ਤੱਕਣਾ ਗੁਰਾਂ ਨੂੰ ਰੂਬਰੂ। ਬੋਲੇ ਸਤ ਗੁਰ ਲਾ ਕੇ ਸੀਨੇ, ਇੱਕ ਸਿਸਕ ਦੇ ਲਾਲ ਨੂੰ, ਖੋਰ ਨੇ ਸੀ ਜਿਹੜੇ ਅੱਖਰ ਹੰਝੂਆਂ ਦੇ ਨਾਲ ਤੂੰ। ਪਹਿਲਾਂ ਹੀ ਉਹ ਖੋਰ ਦਿੱਤੇ ਆਪਣੀ ਰਤ ਦੇ ਨਾਲ ਤੂੰ, ਸਾਂਭ ਰੱਖ ਨੈਣਾ ਚ ਆਪਣੇ ਪਿਆਰ ਦੀ ਇਸ ਚਾਲ ਨੂੰ। ਨਮ ਨਜ਼ਰ ਥੀ ਦੇਖ, ਨਮ ਨਜ਼ਰ ਥੀ ਦੇਖ, ਮੁਕਤੀ ਦਾ ਮੰਜ਼ਰ ਹੂਬਹੂ, ਮੁਕਤੀ ਦਾ ਮੰਜ਼ਰ ਹੂਬਹੂ, ਮੁਕਤੀ ਦਾ ਮੰਜ਼ਰ ਹੂਬਹੂ। ਬੇਦਾਵੇ ਦੀ ਅੰਤ ਇਬਾਰਤ, ਟੁਕੜੇ ਟੁਕੜੇ ਹੋਈ ਸੁਹਿਰਤ ਦੇ ਸੀਨੇ ਲੱਗ ਕੇ, ਕਾਲੀ ਸਿਆਹੀ ਰੋਈ, ਕਾਲੀ ਸਿਆਹੀ ਨਾ ਰੋਈ, ਕਾਲੀ ਸਿਆਹੀ ਇਨਾ ਰੋਈ, ਕਿ ਉਹ ਰੋ ਰੋ ਪਾਵਨ ਹੋਈ ਖਿਦਰਾਣੇ ਦੀ ਟਾਬ ਸੀ ਜਿਹੜੀ, ਉਹ ਮੁਕਤੀ ਦਾ ਸਰ ਹੋ।